ਸਾਡੀ ਦੁਕਾਨ ਕਾਲੇ ਰੋਡ 'ਤੇ ਭਾਅ ਜੀ, ਦਰੰਗਲਾ ਰੋਡ 'ਤੇ, ਨੀਅਰ ਸ਼ਿਵ ਮੰਦਿਰ, ਸ਼ਰਮਾ ਸੈਨੀਟੇਸ਼ਨ ਭਾਅ ਜੀ। ਮੇਰਾ 10:15 ਘਰ ਗਿਆ ਆ, ਅਤੇ ਸਾਡੇ ਸਾਹਮਣੇ ਦੁਕਾਨ ਆ ਰਾਜੂ ਭਾਅ ਜੀ ਦੀ, ਕਰਿਆਨੇ ਵਾਲਿਆਂ ਦੀ, ਕੁੰਦਰਾ ਜਨਰਲ ਸਟੋਰ ਵਾਲਿਆਂ ਦੀ। ਉਹਨਾਂ ਦਾ ਮੈਨੂੰ 12 ਵਜੇ 10 ਮਿੰਟ 15 ਮਿੰਟ ਇਹਦੇ ਆਸ ਪਾਸ ਫੋਨ ਆਇਆ, ਗਾਹਕੀ ਛੇਤੀ ਬਾਹਰ ਅੱਗ ਲੱਗ ਗਈ ਆ। ਮੈਂ ਦੌੜਾ ਦੌੜਾ ਆਇਆ, ਮੈਂ ਭਾਅ ਜੀ ਕਿੱਥੇ ਅੱਗ ਲੱਗੀ ਆ? ਮੈਂ ਚਾਬੀ ਲੈ ਗਿਆ ਗੱਡੀ ਦੀ ਅਤੇ ਮੋਟਰਸਾਈਕਲ ਦੀ, ਮੈਂ ਚੱਲ ਫਾਇਰ ਗੱਡੀ ਬੁਲਾਉਂਦੇ ਹਾਂ। ਜਦੋਂ ਸੜਕ ਗਲੀ 'ਚ ਬਾਹਰ ਵੇਖਿਆ ਆਪਣੀ ਦੁਕਾਨ 'ਤੇ ਅੱਗ ਲੱਗੀ ਦੀ ਆ। ਉਹ ਫਿਰ ਸਾਰੇ ਮੁਹੱਲੇ ਵਾਲਿਆਂ ਨੇ, ਫਿਰ ਫਾਇਰ ਬ੍ਰਿਗੇਡ ਵਾਲਿਆਂ ਨੇ, ਕਾਫੀ ਲੋਕਾਂ ਨੇ ਮਦਦ ਕਰ ਕੇ, ਅਤੇ ਮਤਲਬ ਕਿ ਤਕਰੀਬਨ 3-4 ਘੰਟੇ ਲਾ ਕੇ ਅਤੇ ਫਿਰ ਅੱਗ ਬੁੱਝੀ ਭਾਅ ਜੀ। ਫਾਇਰ ਬ੍ਰਿਗੇਡ ਤਕਰੀਬਨ 8-9 ਗੱਡੀਆਂ ਆਈਆਂ ਭਾਅ ਜੀ। ਕਿੰਨਾ ਨੁਕਸਾਨ ਹੋ ਗਿਆ ਤੁਹਾਡੇ? ਨੁਕਸਾਨ ਭਾਅ ਜੀ ਤਕਰੀਬਨ ਵਿੱਚੇ ਸਮਾਨ, ਵਿੱਚੇ ਮੇਰੀ ਕਿਤਾਬਾਂ ਕਤੂਬਾਂ ਦਾ, ਵਿੱਚੇ ਮੇਰਾ ਬਿਲਡਿੰਗ, ਤਕਰੀਬਨ 80-90 ਲੱਖ ਦਾ ਨੁਕਸਾਨ ਆ ਭਾਅ ਜੀ। ਪ੍ਰਸ਼ਾਸਨ ਕੋਲੋਂ ਕੀ ਮੰਗ ਚਾਹੁੰਦੇ? ਪ੍ਰਸ਼ਾਸਨ ਨੇ ਇਹ ਕਿਹਾ ਮੇਰੀ ਮਦਦ ਕਰੋ ਭਾਅ ਜੀ ਮੇਰੀ। ਸਾਡੀ ਦੁਕਾਨ ਕਾਲੇ ਰੋਡ 'ਤੇ ਭਾਅ ਜੀ, ਦਰੰਗਲਾ ਰੋਡ 'ਤੇ, ਨੀਅਰ ਸ਼ਿਵ ਮੰਦਿਰ, ਸ਼ਰਮਾ ਸੈਨੀਟੇਸ਼ਨ ਭਾਅ ਜੀ। ਮੇਰਾ 10:15 ਘਰ ਗਿਆ ਆ, ਅਤੇ ਸਾਡੇ ਸਾਹਮਣੇ ਦੁਕਾਨ ਆ ਰਾਜੂ ਭਾਅ ਜੀ ਦੀ, ਕਰਿਆਨੇ ਵਾਲਿਆਂ ਦੀ, ਕੁੰਦਰਾ ਜਨਰਲ ਸਟੋਰ ਵਾਲਿਆਂ ਦੀ। ਉਹਨਾਂ ਦਾ ਮੈਨੂੰ 12:00 10 ਮਿੰਟ 15 ਮਿੰਟ ਇਹਦੇ ਆਸ ਪਾਸ ਫੋਨ ਆਇਆ, ਗਾਹਕੀ ਛੇਤੀ ਬਾਹਰ ਅੱਗ ਲੱਗ ਗਈ ਆ। ਮੈਂ ਦੌੜਾ ਦੌੜਾ ਆਇਆ, ਮੈਂ ਭਾਅ ਜੀ ਕਿੱਥੇ ਅੱਗ ਲੱਗੀ ਆ? ਮੈਂ ਚਾਬੀ ਲੈ ਗਿਆ ਗੱਡੀ ਦੀ ਅਤੇ ਮੋਟਰਸਾਈਕਲ ਦੀ, ਮੈਂ ਚੱਲ ਫਾਇਰ ਬ੍ਰਿਗੇਡ ਗੱਡੀ ਬੁਲਾਉਂਦੇ ਹਾਂ। ਜਦੋਂ ਸੜਕ ਗਲੀ 'ਚ ਬਾਹਰ ਵੇਖਿਆ ਆਪਣੀ ਦੁਕਾਨ 'ਤੇ ਅੱਗ ਲੱਗੀ ਦੀ ਆ। ਉਹ ਫਿਰ ਸਾਰੇ ਮੁਹੱਲੇ ਵਾਲਿਆਂ ਨੇ, ਫਿਰ ਫਾਇਰ ਬ੍ਰਿਗੇਡ ਵਾਲਿਆਂ ਨੇ, ਕਾਫੀ ਲੋਕਾਂ ਨੇ ਮਦਦ ਕਰ ਕੇ, ਅਤੇ ਮਤਲਬ ਕਿ ਤਕਰੀਬਨ 3-4 ਘੰਟੇ ਲਾ ਕੇ ਅਤੇ ਫਿਰ ਅੱਗ ਬੁੱਝੀ ਭਾਅ ਜੀ। ਕਿੰਨੀਆਂ ਗੱਡੀਆਂ ਆਈਆਂ ਫਾਇਰ ਬ੍ਰਿਗੇਡ ਦੀ ਅੱਗ ਬੁਝਾਉਣ ਵਾਸਤੇ? ਫਾਇਰ ਬ੍ਰਿਗੇਡ ਤਕਰੀਬਨ 8-9 ਗੱਡੀਆਂ ਆਈਆਂ ਭਾਅ ਜੀ। ਅਤੇ ਕਿੰਨਾ ਕੁ ਨੁਕਸਾਨ ਹੋ ਗਿਆ ਤੁਹਾਡੇ ਕੋਲ? ਨੁਕਸਾਨ ਭਾਅ ਜੀ ਤਕਰੀਬਨ ਵਿੱਚੇ ਸਮਾਨ, ਵਿੱਚੇ ਮੇਰੀ ਕਿਤਾਬਾਂ ਕਤੂਬਾਂ ਦਾ, ਵਿੱਚੇ ਮੇਰਾ ਬਿਲਡਿੰਗ, ਤਕਰੀਬਨ 80-90 ਲੱਖ ਦਾ ਨੁਕਸਾਨ ਆ ਭਾਅ ਜੀ। ਪ੍ਰਸ਼ਾਸਨ ਕੋਲੋਂ ਕੀ ਮੰਗ ਚਾਹੁੰਦੇ? ਪ੍ਰਸ਼ਾਸਨ ਨੇ ਇਹ ਕਿਹਾ ਮੇਰੀ ਮਦਦ ਕਰੋ ਭਾਅ ਜੀ ਮੇਰੀ।